हेलो हेलो हाँ जी कौन रहे हो तुसी? हाँ जी मैं तो सुनाओ तो गल करदा जी। मैं ना पुछना सी एक इन्हां ने ग्रुप दे विच पाई सी ब्लड बारे ਅਸੀਂ ਕੈਂਪ ਕੰਪ ਲਵਾਉਣੇ ਹੀ ਰਹਿਣੇ ਆ ਹਨਾ। ਮੈਂ ਉਹ ਪੁੱਛਣਾ ਸੀ ਵੀ ਉਹ ਜਿਹੜਾ ਇਹ ਕਹਿੰਦੇ ਆ ਵੀ ਹਨਾ 1000 ਰੁਪਇਆ ਵਗੈਰਾ ਵੀ ਦਿੰਦੇ ਆ ਉਹ ਵੀ ਉਹ ਹਾਂਜੀ ਹਾਂ ਲਓ ਹਾਂਜੀ ਹਾਂ ਕਰ ਲਓ ਗੰਗਾ ਜੀ ਲਓ ਗੱਲ ਕਰੋ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਰ ਮੈਂ ਨਾ ਸੁਨਾਮ ਤੋਂ ਗੱਲ ਕਰਦਾ ਸੀ। ਅਸੀਂ ਕੈਂਪ ਵਗੈਰਾ ਲਗਵਾਉਣੇ ਰਹਿਣੇ ਆ ਆਪਣੇ ਪਿੰਡ ਜੀ ਸਰ ਤੇ ਸਾਨੂੰ ਕਦੇ ਕਿਸੇ ਬੈਂਕ ਨੇ ਕੋਈ ਰੁਪਇਆ ਤਾਂ ਦਿੱਤਾ ਨੀ ਸਾਨੂੰ ਨਾ ਕਿ ਸਾਨੂੰ ਦੱਸਿਆ ਵੀ ਕੋਈ ਏਦਾਂ ਆਉਂਦਾ ਕੋਈ ਗਵਰਨਮੈਂਟ ਵੱਲੋਂ ਕੀ ਹੁੰਦਾ ਏਦਾਂ ਦੀ ਕੋਈ ਸਹੂਲਤ। ਵੀਰ ਜੀ ਰਿਕਾਰਡਿੰਗ ਕਰ ਲਓ। ਹਾਂਜੀ ਰਿਕਾਰਡਿੰਗ ਆਨ ਕਰ ਲਓ ਉਹਦੀ ਕੀ ਲੋੜ ਹੈ ਜੀ। ਮੈਂ ਵੀ ਵੀਰ ਜੀ ਅੱਜ ਤੋਂ ਨੀ ਮੇਰੇ ਫਾਦਰ ਸਾਹਿਬ ਲੱਗੇ ਹੋਏ ਨੇ ਘੱਟੋ ਘੱਟ 40 ਸਾਲ ਤੋਂ। ਅੱਛਾ ਜੀ ਮੈਂ ਵੀ ਥੋੜਾ ਬਹੁਤਾ ਯੋਗਦਾਨ ਪਾ ਦਿੰਦਾ। ਠੀਕ ਹੈ ਜੀ ਇਹ ਸਾਡੇ ਸਮਾਜ ਨੂੰ ਸੁਧਾਰਨ। ਹਾਂਜੀ ਹਾਂਜੀ ਠੀਕ ਹੈ ਜੀ ਵੀ ਜੇ ਸਾਡੀ ਆਕਸੀਜਨ ਸ਼ੁੱਧ ਹੋਊਗੀ ਨਾ ਤਾਂ ਅਸੀਂ ਸਮਾਜ ਚ ਸਾਹ ਲੈ ਸਕਦੇ ਹਾਂ। ਬਿਲਕੁਲ ਜੀ ਜੇ ਅਸੀਂ ਆਪਣੇ ਪੈਰਾਂ ਦੇ ਚਾਰ ਦੁਆਰੇ ਮਤਲਬ ਗੰਦ ਪਾ ਕੇ ਰੱਖਾਂਗੇ ਸਾਡੀ ਧਰਤੀ ਮਾਤਾ ਨੂੰ ਅਸੀਂ ਜ਼ਹਿਰੀਲੀ ਕਰੀਏ ਜਾਂ ਅਸੀਂ ਆਪਦਾ ਆਲਾ ਦੁਆਲਾ ਸਵਾਰੀਏ ਤਾਂ ਅਸੀਂ ਰਹਿਣ ਦੇ ਯੋਗ ਨਹੀਂ ਹੋਣਾ ਇੱਥੇ। ਠੀਕ ਹੈ ਜੀ ਮੈਂ ਬੁਰਸ਼ ਕਰ ਲਈ ਮੈਂ ਭੱਜ ਕੇ ਚੜਿਆ ਕੋਠੇ ਥੱਲੇ ਟਾਵਰ ਨਹੀਂ ਸੀ ਆਉਂਦੇ। ਠੀਕ ਹੈ ਹਾਂ ਵੀਰ ਜੀ ਸਾਡੇ ਨਾ ਇੱਥੇ ਅਮਰਗੜ੍ਹ ਕੈਂਪ ਲੱਗਦਾ ਹੁੰਦਾ ਸੀ। ਅੱਛਾ ਜੀ ਬਹੁਤ ਵੱਡੇ ਪੱਧਰ ਤੇ। ਠੀਕ ਹੈ ਜੀ ਅਸੀਂ ਵੀ ਸ਼ਾਮਿਲ ਹੋਏ ਵਿੱਚ ਇਹ ਵੀ ਅਸੀਂ ਵੀ ਯੋਗਦਾਨ ਪਾਈਏ ਵਿੱਚ। ਹਾਂਜੀ ਹਾਂਜੀ 3 ਸਾਲ ਤੋਂ ਉਹ ਕੈਂਪ ਲੱਗਣਾ ਬੰਦ ਹੋ ਗਿਆ ਸਿਰਫ ਇਸੇ ਕਾਰਨ ਕਰਕੇ। ਅੱਛਾ ਜੀ ਜਿਹੜੇ ਮੇਨ ਆਗੂ ਹੁੰਦੇ ਸੀ ਦੋਨੇ 1000 ਰੁਪਇਆ ਪਰ ਯੂਨਿਟ ਮਿਲਦਾ ਬਿਲਕੁਲ 100% ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ। ਠੀਕ ਹੈ ਜੀ ਮਲੇ ਕੋਲੇ ਕੈਂਪ ਲਗਾਇਆ। ਅੱਛਾ ਜੀ ਫਿਰ ਅਗਲੇ ਆਗੂ ਪੈਸੇ ਲੈ ਕੇ ਹੋ ਗਏ। ਅੱਛਾ ਜੀ ਹਾਂਜੀ ਇੱਕ ਬਹੁਤ ਵੱਡਾ ਵਪਾਰ ਹੈ। ਠੀਕ ਹੈ ਜੀ ਜਿਹੜਾ ਬਹੁਤ ਵੱਡਾ ਮਾਫੀਆ। ਹਾਂ ਅਸੀਂ ਦਿੰਨੇ ਆ ਬਲੱਡ ਅਸੀਂ ਵੀ ਦਿੰਨੇ ਆ ਇਹ ਨੀ ਗੱਲ ਨਹੀਂ ਪਰ ਅਸੀਂ ਬਾਈ ਹੈਂਡ ਦਿੰਨੇ ਆ। ਜਦੋਂ ਆਪਾਂ ਅਸੀਂ ਵੀ ਹੁਣ ਜ਼ਿਆਦਾ ਅਸੀਂ ਵੀ ਇਹੀ ਕੰਮ ਕਰਨ ਲੱਗ ਪਏ ਜਦੋਂ ਕਿ ਐਂਬੂਲੈਂਸ ਹੁੰਦੀ ਹੈ ਅਸੀਂ ਡਾਇਰੈਕਟ ਅਗਲੇ ਨਾਲ ਕੰਟੈਕਟ। ਹਾਂ ਬਸ ਕਿਉਂਕਿ ਸਾਡਾ ਖੂਨ ਇਹ ਵੇਚਿਆ ਜਾਂਦਾ ਸਾਡੀ ਨੌਜਵਾਨੀ ਦਾ ਖੂਨ ਇਹ ਵੇਚਿਆ ਜਾਂਦਾ ਨਹੀਂ ਇਹ ਮੈਂ ਤੁਹਾਨੂੰ ਇੱਕ ਹੋਰ ਦੱਸਦਾ। ਚਲੋ ਠੀਕ ਆ ਆਪਾਂ ਬਲੱਡ ਡੋਨੇਟ ਕਰਦੇ ਆ। ਠੀਕ ਹੈ ਜੀ ਤੁਸੀਂ ਮੈਨੂੰ ਬਲੱਡ ਵਾਪਸ ਲੈ ਕੇ ਦਿਖਾਓ ਇੱਕ ਵੀ ਯੂਨਿਟ ਮੈਨੂੰ ਲੈ ਕੇ ਦਿਖਾਓ ਮੈਂ ਤੁਹਾਡਾ ਦੇਣਦਾਰ ਰਹੂੰਗਾ ਸਾਰੀ ਜ਼ਿੰਦਗੀ। ਜਿਹੜਾ ਆਪਾਂ ਜਮ੍ਹਾਂ ਕਰਾ ਦਾਂਗੇ 5-7 ਯੂਨਿਟਾਂ ਵੀ ਸਾਡੀਆਂ ਐਮਰਜੈਂਸੀ ਵਾਸਤੇ ਰੱਖ ਲਓ ਸਾਨੂੰ ਲੋੜ ਭਾਈ ਦਿਓ ਅਸੀਂ ਚਾਹੇ 100 ਯੂਨਿਟ ਦੇਤੀ ਚਾਹੇ 200 ਯੂਨਿਟ ਦੇਤੀ ਤੁਸੀਂ 5 ਯੂਨਿਟਾਂ ਮੈਨੂੰ ਵਾਪਸ ਲੈ ਕੇ ਦਿਖਾਓ ਉਸੇ ਹਸਪੀਟਲ ਚੋਂ। ਠੀਕ ਹੈ ਜੀ ਨਹੀਂ ਮਿਲਦੀਆਂ। ਅੱਛਾ ਜੀ ਨਹੀਂ ਜਿਵੇਂ ਅਸੀਂ ਜ਼ਿਆਦਾ ਸਾਡੇ ਆਉਂਦੀ ਟੀਮ ਆਉਂਦੇ ਹੋ ਜ਼ਿਆਦਾ ਹਾਂਜੀ 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 ਹਨਾ ਇਹੀ ਲੈ ਕੇ ਇਹਨਾਂ ਨੇ ਸਾਨੂੰ ਕਦੇ ਨੀ ਕੋਈ ਸਾਨੂੰ ਦੱਸੇ ਨੀ ਕਹਿੰਦੇ ਵੀ ਕੋਈ ਏਦਾਂ ਵੀ ਜੀ 1000 ਰੁਪਇਆ ਯੂਨਿਟ ਦਾ 50 ਰੁਪਏ ਰਿਫਰੈਸ਼ਮੈਂਟ ਦੇ ਉਹ ਮਿਲਦੇ ਨੇ। ਹੁਣ ਕੌਣ ਲੈਂਦਾ ਬੰਦਾ ਜਿਹੜਾ ਤੁਹਾਡਾ ਕੋਈ ਆਗੂ ਆ ਉਹਨੂੰ ਪੁੱਛੋ। ਅੱਛਾ ਜੀ ਹਾਂ ਸਾਡੀ ਜਿਹੜੀ ਸਾਡੀ ਜੇ ਆਪਾਂ ਉਹਦੇ ਨਾਲ ਗੱਲ ਕਰਾਂਗੇ ਜੋ ਸਾਡਾ ਪ੍ਰਧਾਨ ਆ ਜੇ ਅਸੀਂ ਉਹਨੂੰ ਪੁੱਛੀਏ ਉਹ ਫਿਰ ਮੂਹਰੋਂ ਕਹੂਗਾ ਵੀ ਮੈਨੂੰ ਸਬੂਤ ਦਿਓ ਉਹਨੂੰ ਕੀ ਮੈਨੂੰ ਆਨਲਾਈਨ ਲਾਓ ਤੁਸੀਂ ਨਾ ਮੈਨੂੰ ਕਾਨਫਰੰਸ ਜਰੀ ਲੈ ਲਿਓ। ਠੀਕ ਹੈ ਜੀ ਮੈਨੂੰ ਕਾਨਫਰੰਸ ਜਰੀ ਲੈ ਲਿਓ ਮੈਨੂੰ ਬੁਲਾਓ ਇੱਥੇ। ਠੀਕ ਹੈ ਜੀ ਠੀਕ ਹੈ ਡਾਕਟਰ ਐਸ ਮਾਨ ਹੈਗੇ ਨੇ ਆਪਣੇ ਸੰਗਰੂਰ ਵਾਲੇ। ਹਾਂਜੀ ਜਾਣਦੇ ਹੋਵੋਗੇ। ਹਾਂਜੀ ਹਾਂਜੀ ਡਾਕਟਰ ਮੋਹਨ ਸ਼ਰਮਾ ਨੂੰ ਜਾਣਦੇ ਹੋਵੋਗੇ ਪ੍ਰੋਫੈਸਰ ਮੰਜੀਤ ਸਿੰਘ ਨੂੰ ਜਾਣਦੇ ਹੋਵੋਗੇ। ਹਾਂਜੀ ਹਾਂਜੀ ਮੈਂ ਉਹਨਾਂ ਦਾ ਮੈਂਬਰ ਆ। ਠੀਕ ਹੈ ਜੀ ਠੀਕ ਹੈ ਪ੍ਰੈਸ ਸਕੱਤਰ ਹੈ ਮੈਂ ਉਹਨਾਂ ਦਾ ਮੈਂਬਰ ਨਹੀਂ ਪ੍ਰੈਸ ਸਕੱਤਰ ਹੈ ਮੈਂ ਉਸ ਯੂਨਿਟ ਦਾ। ਠੀਕ ਹੈ ਜੀ ਠੀਕ ਹੈ ਸਾਡੀ ਆਪਦੀ ਸੰਸਥਾ ਚੱਲਦੀ ਹੈ। ਮੇਰੇ ਫਾਦਰ ਸਾਹਿਬ ਸ਼ਹੀਦ ਭਗਤ ਸਿੰਘ ਦੀ ਭੈਣ ਅੱਜ ਤੋਂ ਘੱਟੋ ਘੱਟ 40 ਸਾਲ ਪਹਿਲਾਂ ਸਾਡੇ ਘਰੇ ਆਈ ਸੀ ਬੀਬੀ ਅਮਰ ਕੌਰ। ਛੋਟੀ ਜਿਹੀ ਗੱਲ ਇਸਦਾ 1000 ਯੂਨਿਟ ਮਿਲਿਆ ਇਸਦਾ ਪੱਲੇ ਖਰਚ ਕਰਕੇ ਇਸਦਾ ਦੇ ਦਿੰਦੇ ਆ ਚਲੋ ਜਾਣ ਪਛਾਣ ਵਧੀਆ ਇਕੱਠੇ ਕਰਕੇ 70 ਯੂਨਿਟ ਹੋਏ ਦੱਸੀ ਸਮਝ ਕਦੇ ਕਿਸੇ ਨੇ। ਸਭ ਤੋਂ ਵੱਡਾ ਓਲਾ ਇਹ ਸਭ ਤੋਂ ਵੱਡਾ ਓਲਾ ਤੁਸੀਂ ਰਿਕਾਰਡਿੰਗ ਕਰੋ ਰਿਕਾਰਡਿੰਗ ਕਰਕੇ ਤੁਹਾਡੇ ਗਰੁੱਪ ਚ ਪਾਓ ਤੁਹਾਨੂੰ ਪਤਾ ਲੱਗੇ। ਠੀਕ ਹੈ ਜੀ ਹਾਂ ਬਾਈ ਹੈਂਡ ਤੁਸੀਂ ਕਿਸੇ ਵੀ ਮਰੀਜ਼ ਨੂੰ ਦਿਓ ਅਸੀਂ ਬਾਈ ਹੈਂਡ ਦਿੰਦੇ ਆ ਕਿਸੇ ਵੀ ਪੇਸ਼ੈਂਟ ਨੂੰ ਜ਼ਰੂਰਤ ਹੁੰਦੀ ਆ ਬਾਈ ਹੈਂਡ ਦਿੰਦੇ ਆ ਵੀ ਨਾ। ਤੁਸੀਂ ਇੱਕ ਚੀਜ਼ ਹੋਰ ਦੇਖੋ ਤੁਸੀਂ ਛੱਡੋ ਬਾਕੀ ਗੱਲਾਂ ਦਾ ਛੱਡੋ ਕਿਸੇ ਪੇਸ਼ੈਂਟ ਨੂੰ ਜ਼ਰੂਰਤ ਪੈ ਗਈ ਬਲੱਡ ਦੀ ਹਾਂਜੀ ਅਸੀਂ ਬੰਦਾ ਭੇਜਦੇ ਆ ਵੀ ਲਓ ਜੀ ਇਹਦਾ ਬਲੱਡ ਕੱਢੋ ਜੇ ਬੀ ਪੋਜ਼ਿਟਿਵ ਹੈ ਤਾਂ ਲਓ ਜੀ ਪੇਸ਼ੈਂਟ ਦਾ ਬੀ ਪੋਜ਼ਿਟਿਵ ਲਓ ਠੀਕ ਆ ਪਾ ਦੋ ਪਰ ਸਾਤੋਂ ਉਹ ਉਹਦੇ ਹੀ ਪੈਸੇ ਲੈ ਜਾਂਦੇ ਨੇ ਕਿਉਂ। ਠੀਕ ਹੈ ਜੀ ਬਲੱਡ ਬੋਤਲ ਜਦੋਂ ਅਸੀਂ ਦਿੰਦੇ ਆ ਟੈਸਟ ਵਗੈਰਾ ਦੇ ਕਹਿੰਦੇ ਵੀ ਉਹਦੀ ਤਾਂ ਇੰਨੇ ਕਿਸਮ ਨੂੰ ਦੇਣੇ ਪੈਣੇ ਆ ਜੀ ਜੇ ਉਹ ਵੀਰ ਜੀ ਤੁਸੀਂ ਮੈਨੂੰ ਲੈ ਕੇ ਦਿਖਾ ਦੋ ਮੈਂ ਤੁਹਾਨੂੰ ਦਿੰਨਾ 200 ਰੁਪਏ ਲੱਗਦਾ ਬਲੱਡ ਟੈਸਟਾਂ ਤੇ ਟੋਟਲ 200 ਵੀ ਲੱਗਦਾ ਘੱਟ ਹੀ ਲੱਗਦੇ ਨੇ ਪੈਸੇ ਨਾਲ ਤਾਂ ਤੁਹਾਡੇ ਤੋਂ ਬਲੱਡ ਲੈਣਗੇ ਬੋਤਲ ਨਾਲੇ 1000 ਰੁਪਇਆ ਲੈਣਗੇ ਫੇਰ ਤੁਹਾਨੂੰ ਉਹ ਬੋਤਲ ਦੇਣਗੇ ਤੇ ਸਾਡਾ ਦਾਨ ਕੀਤਾ ਹੈ ਕਿੱਥੇ ਹੈ हाँ जी हाँ ਉਹ ਤਾਂ ਕਿਉਂਕਿ ਉਹਦਾ ਵਿਕ ਚੁੱਕਿਆ ਹੁੰਦਾ ਹੈ। ਉਹ ਤਾਂ ਆਪਣੇ ਦਾਨ ਕਰਨ ਤੋਂ ਪਹਿਲਾਂ ਹੀ ਗੱਲਬਾਤ ਹੋ ਕੇ 1000 ਰੁਪਇਆ ਪਰ ਯੂਨਿਟ ਵਿਕ ਚੁੱਕਿਆ ਹੁੰਦਾ ਹੈ। ਬੁਲਾਓ ਤੁਸੀਂ ਇਕੱਠੇ ਕਰੋ, ਬੁਲਾਓ ਨਾ ਮੈਨੂੰ, ਫਿਰ ਕਰਦੇ ਜੀ ਗੱਲ। ਬੁਲਾਉਣਾ ਹੋਊਗਾ ਪ੍ਰਧਾਨ ਨੂੰ ਜੀ ਮੈਂ ਤੁਹਾਨੂੰ ਦੱਸੂ ਫਿਰ ਜੀ ਮੈਂ ਪ੍ਰਧਾਨ ਨਾਲ ਕਰਦਾ ਗੱਲ, ਅੱਜ ਬੁਲਾਉਣੇ ਆ ਪ੍ਰਧਾਨ। ਹਾਂ ਵੀਰ ਜੀ ਜਦੋਂ ਵੀ ਬਲੱਡ ਦੇਣਾ ਨਾ 22 ਹੈਂਡ ਜਾ ਕੇ ਦੇ ਕੇ ਆਓ ਪੇਸ਼ੈਂਟ ਨੂੰ, ਠੀਕ ਹੈ ਜੀ ਬਿਲਕੁਲ ਜੀ ਸਾਰੇ ਯੂਨਿਟ ਦੇ ਵਿੱਚ ਫੈਲਾਓ ਵੀ ਕਿਤੇ ਕੋਈ ਅਸੀਂ ਕੈਂਪ ਨਹੀਂ ਲਾਉਣਾ। ਠੀਕ ਹੈ ਜਿਹੜਾ ਬੰਦਾ ਕੈਂਪ ਲਾਉਂਦਾ ਉਹਦੇ ਖਾਤੇ ਦੇ ਵਿੱਚ ਦੇਖੋ ਕਿੰਨੇ ਪੈਸੇ ਨੇ, ਠੀਕ ਹੈ ਜੀ। ਕਰੋ ਗੱਲ। ਬਾਜੇ ਕਰਦੇ ਜੀ ਬੁਲਾਉਣੇ ਆ ਪ੍ਰਧਾਨ ਨੂੰ ਮੈਂ ਅੱਜ। ਕਹਿੰਦਾ ਕੈਂਪ ਲਾਉਣ ਤੋਂ 5 ਦਿਨਾਂ ਬਾਅਦ ਦਾ ਖਾਤਾ ਚੈੱਕ ਕਰੋ ਉਹਦਾ ਵੀ ਕਿੰਨੇ ਪੈਸੇ ਆ ਉਹਦੇ ਅਕਾਊਂਟ ਦੇ ਵਿੱਚ। ਬਸ ਠੀਕ ਹੈ ਜੀ ਕਰਦੇ ਜੀ ਗੱਲ। ਹਾਂ ਦਿਓ ਬਲੱਡ ਦਿਓ ਜਿਹਨੂੰ ਜ਼ਰੂਰਤ ਹੈ, ਸਾਤੋਂ ਵੀ ਲਓ ਦਿਓ ਵੀ, ਠੀਕ ਹੈ ਨਾ, ਪਰ 22 ਹੈਂਡ ਦਿਓ, ਕੈਂਪ 'ਚ ਨਾ ਦਿਓ ਪਲੀਜ਼, ਜੀ ਠੀਕ ਹੈ ਰਿਕਵੈਸਟ ਹੈ ਮੇਰੀ, ਠੀਕ ਹੈ ਨਾ। ਹੋਰ ਕਦੇ ਕਿਸੇ ਦੀ ਵੀਡੀਓ ਮਲੇ ਕੋਲ ਆਏ ਤਾਂ ਮੈਨੂੰ ਜ਼ਰੂਰ ਫੋਨ ਕਰਿਓ, ਮਿਲਾਂਗੇ ਆਪਾਂ। ਕਿਧਰ ਮਰੇਕੋਟ ਲਿਆ ਜੀ ਪਿੰਡ ਤੁਹਾਡਾ ਕਿੱਥੇ ਤੋਂ? ਮੇਰਾ ਬਨਵੌਰਾ ਪਿੰਡ, ਬਨਵੌਰੀ ਹੈ ਵੀਰੇ ਪਿੰਡ, ਆਹ ਪਸੌੜ ਦੇ ਨਾਲ ਹੀ ਹੈ। ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਹਾਂ ਪਸੌੜ ਜਦੋਂ ਕੋਈ ਵੀ ਆਏ ਨਾ ਧੂਰੀ ਆਏ ਜਾਂ ਮਲੇ ਕੋਲ ਆਏ ਮੈਨੂੰ ਜ਼ਰੂਰ ਬੁਲਾਇਓ। ਹਾਂਜੀ ਜ਼ਰੂਰ ਆਵਾਂਗੇ ਤੁਹਾਡੇ ਕੋਲ ਜੀ। ਮੈਨੇ ਇਸੇ ਕਰਕੇ ਪਾਇਆ ਵੀ ਸਾਡਾ ਖੂਨ ਵੇਚੋ ਨਾ, ਹਾਂਜੀ ਹਾਂਜੀ ਹਾਂ 22 ਹੈਂਡ ਦਿਓ, ਠੀਕ ਹੈ ਜੀ ਠੀਕ ਹੈ ਠੀਕ ਹੈ ਨਾ। ਚਾਹੇ 10 ਯੂਨਿਟਾਂ ਰੋਜ਼ ਦੇਣੇ ਆਪਣਾ 10 ਯੂਨਿਟਾਂ ਰੋਜ਼ ਦੇਵਾਂਗੇ, ਪਰ ਅਸੀਂ ਕੈਂਪ ਨਹੀਂ ਲਾਉਂਦੇ। ਨਾ ਅਮਰਗੜ੍ਹ ਸੀ ਅੱਜ ਲੋ ਬਹੁਤ ਕਲੇਸ਼ ਪਿਆ ਸਾਡਾ, ਬਹੁਤ ਜ਼ਿਆਦਾ, ਠੀਕ ਹੈ ਜੀ ਉਹ ਬੰਦ ਹੋ ਗਿਆ ਲੱਗਣਾ, ਠੀਕ ਹੈ ਜੀ ਠੀਕ ਹੈ ਗਰੀਬ ਪਰਿਵਾਰ ਦਾ ਮੁੰਡਾ ਅਮਲੇ ਕੋਲੇ ਕੈਂਪ ਲਵਾਇਆ ਸੀ ਬੰਦਾ, ਮਤਲਬ 65000 ਰੁਪਇਆ ਹੋ ਗਿਆ ਹੁਣ ਸੰਸਥਾ ਚ ਪਰੇ ਹਟ ਗਿਆ। ਉਹਨੇ ਵੀ ਮੈਸੇਜ ਪਾਇਆ ਹੈ ਵਿੱਚ ਕਮਲ ਬਾਈ ਕਹਿੰਦਾ ਕੀ ਬਕਵਾਸ ਕਰਦਾ ਮਹਾਂਪੁੱਤ। ਮੈਂ ਕੋਈ ਗੱਲ ਨਹੀਂ, ਮੈਂ ਕੱਲ ਨਾ ਪਰਸੋਂ ਸਾਡੇ ਇੱਕ ਡੈਥ ਹੋ ਗਈ ਸੀ, ਅੱਛਾ। ਹੁਣ ਮੈਂ ਮਕਾਨ ਚੱਲਿਆ ਸੀ ਫੁੱਲਾਂ ਤੇ, ਮੈਂ ਕੋਈ ਗੱਲ ਨਹੀਂ ਮੈਂ ਤੈਨੂੰ ਆ ਕੇ ਜਵਾਬ ਦਊਂਗਾ ਜੇ ਮੈਨੂੰ ਇਸ ਗਰੁੱਪ ਦੇ ਵਿੱਚ ਰਿਮੂਵ ਨਾ ਕਰਿਆ ਹੋਇਆ ਤਾਂ। ਠੀਕ ਹੈ ਜੀ ਠੀਕ ਹੈ ਹਾਂ ਠੀਕ ਹੈ ਨਾ, ਕੋਈ ਗੱਲ ਨਹੀਂ ਤੁਹਾਨੂੰ ਮੋਸਟ ਵੈਲਕਮ, ਪਰ ਕੈਂਪ ਚ ਨਾ ਲਓ। ਹੁਣ ਫੜ ਪੁੱਛੋ ਬਾਈ ਅੱਜੇ ਕਰਦੇ ਜੀ, ਜਿਹੜੇ ਪਿਛਲੇ ਕੈਂਪ ਦਾ ਨਾ ਲੈਨੇ ਹਿਸਾਬ ਤੋਂ ਪ੍ਰਧਾਨ ਤੋਂ ਜੀ ਨਾ ਹਾਂ ਕਰਦੇ ਗੱਲ ਬਿਲਕੁਲ ਅੱਜ। ਬਿਲਕੁਲ ਲਓ ਜੀ ਲਓ 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 ਲਓ, ਹੱਕ ਬਣਦਾ ਤੁਹਾਡਾ। ਹਾਂਜੀ ਹਾਂ ਨਹੀਂ ਉਹ ਜਿਹੜਾ ਤੁਹਾਡਾ ਮੇਨ ਬੰਦਾ ਸੀ ਨਾ, ਜਿਹੜਾ ਤੁਹਾਡਾ ਮੇਨ ਆਗੂ ਸੀ ਹਾਂਜੀ ਉਹਦਾ ਵੀ ਲਿਆ ਕਾਪੀ ਲਿਆ ਤੇਰੀ ਕਿੱਥੇ ਆ। ਹਾਂਜੀ ਹਾਂ ਉਹੀ ਜਦੋਂ ਗੱਲ ਹੈ ਜੀ ਤੁਸੀਂ ਕੈਂਪ ਲਾਇਆ ਉਸ ਕਰਦੇ ਤੋਂ ਬਾਅਦ 'ਚ ਜਿੰਨੀਆਂ ਯੂਨਿਟਾਂ ਕੀਤੀਆਂ ਨੇ, ਜੇ 200 ਯੂਨਿਟ ਤੁਹਾਡੀ ਹੋਈ ਆ 2 ਲੱਖ ਰੁਪਏ ਉਹਦੇ ਅਕਾਊਂਟ ਦੇ ਵਿੱਚ ਆਇਆ ਵੀਰ ਜੀ, ਠੀਕ ਹੈ ਜੀ 50 ਰੁਪਏ ਰਿਫਰੈਸ਼ਮੈਂਟ ਦੇ, ਠੀਕ ਹੈ ਜੀ ਠੀਕ ਹੈ ਨਾ। ਬਾਕੀ ਤੁਸੀਂ ਕੋਈ ਗੱਲ ਨਹੀਂ ਮੋਸਟ ਵੈਲਕਮ, ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਨਾ। ਕੈਂਪ ਲਾਉਣੇ ਬੰਦ ਕਰ ਦਿਓ। ਬਸ ਨਾ ਠੀਕ ਹੈ ਸਰ ਠੀਕ ਹੈ ਜੀ ਬਾਕੀ ਕੁਲਵੰਤ ਸਿੰਘ ਧੋਰੀ ਵਾਲਾ ਵਾਲਾ ਆ ਰਹੇ ਨੇ ਇੱਥੇ ਅੱਜ 24 ਤਰੀਕ ਹੈ ਲਾਹੌਰ ਮਾਜਰੇ। ਅੱਛਾ ਜੀ ਅੱਜ ਇਸ ਵਾਰ ਤਾਂ ਉਹਨਾਂ ਨੇ ਆਉਣਾ ਨਹੀਂ, ਨੀਮ ਸੇ ਆਉਣਗੇ ਜ਼ਰੂਰ। ਅੱਛਾ ਜੀ ਠੀਕ ਹੈ ਅਸੀਂ ਉੱਥੇ ਉਹ ਮੁੱਦਾ ਉਠਾਉਣਾ ਹੈ ਵੀ ਕੁਲਵੰਤ ਸਿੰਘ ਇੱਕ ਹੋਰ ਬਹੁਤ ਵੱਡਾ ਕੈਂਸਰ ਜਿੰਬੜਿਆ ਸਾਡੇ, ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੂੰ ਹਾਂਜੀ ਉਹ ਹਾਂਜੀ ਸਾਡੀ ਨੌਜਵਾਨੀ ਦਾ ਖੂਨ ਵੇਚਦੇ ਨੇ। ਉਹ ਠੀਕ ਹੈ ਜੀ ਠੀਕ ਹੈ ਕਰੋ ਇਕੱਠੇ, ਇੱਕ ਨਹੀਂ ਉਹ ਜਿੰਨੇ ਵੀ ਆਗੂ ਹੋਏ ਹੋਏ ਨੇ ਆਪਣੇ, ਹਾਂਜੀ ਹਾਂ, ਜਿੰਨੀਆਂ ਵੈਲਫੇਅਰ ਸੁਸਾਇਟੀਆਂ ਦੇ ਆਗੂ ਹੋਏ ਨੇ ਸਾਰਿਆਂ ਨੂੰ ਇਕੱਠੇ ਕਰੋ, ਫਿਰ ਅਸੀਂ ਪੁੱਛੀਏ ਵੀ ਦੱਸੋ ਲਿਓ ਬਿਲਕੁਲ ਜੀ ਪੁੱਛਣਾ ਇਹਦਾ ਜਵਾਬ ਅਸੀਂ ਦਿੰਦੇ ਹਾਂ। ਹਾਂਜੀ ਹਾਂ ਮਾਂ-ਬਾਪ ਕਿਵੇਂ ਆਪਦੇ ਬੱਚਿਆਂ ਨੂੰ ਪਾਲਦੇ ਨੇ, ਕਿਵੇਂ ਮੁਸ਼ਕਲਾਂ ਨਾਲ ਖਾਣਾ ਪੀਣਾ ਦਿੰਦੇ ਨੇ, ਤੁਸੀਂ ਉਹਨਾਂ ਦਾ ਖੂਨ ਕਢਾ ਕੇ ਅਸੀਂ ਵੇਚੀਏ, ਸਾਡੇ ਤਾਂ ਗਿਰ ਗਏ ਫਿਰ ਇਸ ਤਾਂ। ਚਲੋ ਜੀ ਮੈਂ ਆਪ ਜੀ ਕਰਦੇ ਗੱਲ ਪ੍ਰਧਾਨ ਨਾਲ, ਮੈਂ ਦੱਸਦਾ ਤੁਹਾਨੂੰ ਫਿਰ ਕੀ ਕਹਿੰਦੇ ਆ ਜੀ। ਵੀਰ ਜੀ ਮੈਨੂੰ ਕਾਨਫਰੰਸ 'ਚ ਲੈ ਲਿਓ ਫਿਰ ਜਦੀ। ਬਸ ਠੀਕ ਹੈ ਜੀ ਠੀਕ ਹੈ ਵੀਰ ਜੀ ਓਕੇ।